ਆਪਣੀਆਂ ਤਨਖਾਹਾਂ ਨੂੰ ਰੀਸ ਕਰੋ ਰੀਸ ਕਰੋ ਰੀਸ ਕਰੋ ਹੁਣ ਸਰਕਾਰ ਨੂੰ ਮੁਰਦਾਬਾਦ 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 ਟ੍ਰਾਂਸਪੋਰਟ ਸੈਕਟਰੀ ਮੁਰਦਾਬਾਦ 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 ਇਹ ਕਾਰਨ ਜੀ ਇਹ ਮੈਨੇਜਮੈਂਟ ਵੱਲੋਂ ਧੱਕੇਸ਼ਾਹੀ ਕਰਨਾ ਸਰਕਾਰ ਵੱਲੋਂ ਕਿਉਂਕਿ ਪਿਛਲੇ ਸਾਨੂੰ ਜਿਹੜਾ ਆਊਟਸੋਰਸਿੰਗ ਸਟਾਫ ਸਾਡਾ ਕੰਮ ਕਰਦਾ ਉਹਦੀ ਮੈਨਾ ਹੋਇਆ ਸੀ 20 ਤਰੀਕ ਨੂੰ ਅਤੇ ਅੱਜ 23 ਦਿਨ ਹੋ ਗਏ ਆ ਉਹਨਾਂ ਨੇ ਤਨਖਾਹ ਨਹੀਂ ਰਿਲੀਜ਼ ਕੀਤੀ ਜਿਹੜੇ ਸਾਡੇ ਕੰਟੈਕਟ ਸਟਾਫ ਹੈ ਉਹਦਾ ਮੈਨਾ ਆਇਆ 1 ਤਰੀਕ ਨੂੰ 13 ਦਿਨ ਉਹਨਾਂ ਨੇ ਤਨਖਾਹ ਨੂੰ ਹੋ ਗਈ ਜੀ ਅਜੇ ਤੱਕ ਤਨਖਾਹ ਨਹੀਂ ਦਿੱਤੀ ਗਈ ਸਰਕਾਰ ਨੂੰ ਜਦੋਂ ਗੱਲ ਕਰਦੇ ਹਾਂ ਕੋਈ ਅਫਸਰ ਫੋਨ ਨਹੀਂ ਚੱਕ ਰਿਹਾ ਨਾ ਡਾਇਰੈਕਟਰ ਸਟੇਟ ਟਰਾਂਸਪੋਰਟ ਫੋਨ ਚੱਕ ਰਹੀ ਹੈ ਅਤੇ ਨਾ ਏਡੀਓ ਸਾਹਿਬ ਚੱਕ ਰਹੇ ਕੱਲੇ ਡਿਪਟੀ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੀ ਕੱਲ੍ਹ ਨੂੰ ਉਹ ਕਹਿੰਦੇ ਜੀ ਪੈਸੇ ਹੈ ਨਹੀਂ ਮੈਂ ਕਿਹਾ ਜੀ ਸਾਡਾ ਕਸੂਰ ਦੱਸੋ ਕੀ ਹੈ ਵੀ ਜਿਹੜੀ ਲੇਡੀ ਸਵਾਰੀ ਤੁਸੀਂ ਫ੍ਰੀ ਕੀਤੀ ਹੈ ਅਸੀਂ ਤਾਂ ਸੇਵਾ ਕਰ ਰਹੇ ਹਾਂ ਪਰ ਸਾਡੇ ਘਰ ਚਲਾਉਣਾ ਸਾਡੇ ਕੋਲ ਪੈਸੇ ਨਹੀਂ ਦੱਸੋ ਕੀ ਕਰੀਏ ਫਿਰ ਉਹ ਕਹਿੰਦੇ ਜੀ ਪੈਸੇ ਹੈ ਨਹੀਂ ਮੈਂ ਕਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਜਾਂ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਕਹਿ ਕੇ ਜਿਹੜੀ ਮਹਿਲਾਵਾਂ ਤੋਂ ਫ੍ਰੀ ਦੇ ਪੈਸੇ ਆਉਣੇ ਉਹ ਲੈ ਕੇ ਸਾਡੀ ਸੈਲਰੀ ਪਾਈ ਜਾਵੇ ਉਹ ਕਹਿੰਦੇ ਅਸੀਂ ਗੱਲ ਕਰਦੇ ਆ ਪਰ ਅਜੇ ਤੱਕ ਉਹਦਾ ਪ੍ਰੋਪਰ ਕੋਈ ਹੱਲ ਨਹੀਂ ਕੀਤਾ ਗਿਆ ਅਜੇ ਤੱਕ ਬਜਟ ਨਹੀਂ ਪਿਆ ਸਾਡਾ ਜੇ ਬਜਟ ਪਊਗਾ ਤਾਂ ਅੱਗੇ ਸੈਲਰੀ ਪਊਗੀ ਅਤੇ ਇਸੇ ਦੇ ਰੋਸ ਦੇ ਵਿੱਚ ਆ ਕੇ ਪੂਰੇ ਪੰਜਾਬ ਲੈਵਲ 'ਤੇ ਸਾਰੇ ਬੱਸ ਸਟੈਂਡ ਬੰਦ ਕੀਤੇ ਗਏ ਆ ਵੀ ਸਰਕਾਰ ਤੋਂ ਮੰਗ ਕਰਦੇ ਅਸੀਂ ਵੀ ਸਾਡੀ ਤਨਖਾਹ ਫੌਰੀ ਰਿਲੀਜ਼ ਕੀਤੀ ਜਾਵੇ ਅਤੇ ਨਾਲ ਹੀ ਅਸੀਂ ਇਹ ਮੰਗ ਕਰਦੇ ਆ ਵੀ ਜਿਹੜੇ ਸਾਡੇ ਮੁਲਾਜ਼ਮ ਪੱਕੇ ਕਰਨਾ ਸੀਗਾ ਉਹ ਕਹਿੰਦੇ ਉਹਨਾਂ ਦੇ ਵੀ ਜਜਮੈਂਟ ਕਰਕੇ ਅਸੀਂ ਤੁਹਾਨੂੰ ਪੱਕੇ ਨਹੀਂ ਕਰ ਸਕਦੇ ਦੂਜੀ ਗੱਲ ਆਈ ਹੈ ਵੀ ਆਊਟਸੋਰਸਿੰਗ ਦੇ ਜਿਹੜੇ ਕੰਟਰੈਕਟ ਵਾਲੇ ਬੰਦੇ ਆ ਅਸੀਂ ਰੋਡਵੇਜ਼ 'ਚ ਪੱਕੇ ਨਹੀਂ ਕਰ ਸਕਦੇ ਜੇ ਉਹ ਮੁੱਖ ਮੰਤਰੀ ਜੀ ਤੋਂ ਜਾਣਕਾਰੀ ਲਈ ਦੱਸ ਦਈਏ ਵੀ ਜਿਹੜੀ ਇਹਨਾਂ ਦੀ 2007-8-9 'ਤੇ ਐਡ ਆਈ ਸੀ ਉਹਦੇ 'ਚ ਐਡ ਆਈ ਸੀ ਪੰਜਾਬ ਰੋਡਵੇਜ਼ 'ਚ ਡਰਾਈਵਰ ਕੰਟਰੈਕਟਰਾਂ ਦੀ ਭਰਤੀ ਅਤੇ ਐਡਰੈਸ ਸੀ ਸਾਡੇ ਜੀਵਨ ਦੀ ਬਿਲਡਿੰਗ 17 ਸੈਕਟਰ ਚੰਡੀਗੜ੍ਹ ਉਹ ਸਰਕਾਰ ਨੇ ਫਿਰ ਸਾਡੇ ਨਾਲ ਧੋਖਾ ਕੀਤਾ ਜੇ ਸਰਕਾਰ ਇਹ ਮੰਨਦੀ ਵੀ ਇਹ ਭਰਤੀ ਪ੍ਰੋਪਰ ਚੈਨਲ ਨਹੀਂ ਹੋਈ ਜਾਂ ਅਸੀਂ ਰੋਡਵੇਜ਼ 'ਚ ਇਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਤਾਂ ਜਿਹੜੇ ਅਫਸਰਾਂ ਨੂੰ ਐਡ ਕੱਢੀ ਹੈ ਉਹਨਾਂ ਨੂੰ ਜਿਹੜੇ ਅਫਸਰਾਂ ਨੇ ਸਾਡੇ ਟੈਸਟ ਇੰਟਰਵਿਊ ਲਈ ਕਾਗਜ਼ ਚੈੱਕ ਕੀਤੇ ਉਹ ਸਾਰੀ ਕਮੇਟੀ ਟਰਮੀਨੇਟ ਕਰਕੇ ਉਹਨਾਂ 'ਤੇ 400 ਦਾ ਪਰਚਾ ਕਰਾਇਆ ਜਾਵੇ ਕਿਉਂਕਿ 4000 ਬੰਦੇ ਜ਼ਿੰਦਗੀ ਉਹਨਾਂ ਨੇ ਖਰਾਬ ਕਰਤੀ ਉਹਨਾਂ 14-14 ਸਾਲ ਸਾਨੂੰ ਹੋ ਗਏ ਅੱਜ ਵੀ ਜਦੋਂ ਵੀ ਸਾਨੂੰ ਸਰਕਾਰ ਪੱਕੇ ਕਰਨ ਆਉਂਦੀ ਉਦੋਂ ਇੱਕੋ ਗੱਲ ਆ ਜਾਂਦੀ ਹੈ ਵੀ ਉਹਨਾਂ ਦੇ ਵੀ ਜਜਮੈਂਟ ਆਉਂਦੀ ਤੁਹਾਨੂੰ ਪੱਕੇ ਨਹੀਂ ਕਰ ਸਕਦੇ ਤੁਸੀਂ ਪ੍ਰਵਚ ਚੈਨਲ ਭਰਤੀ ਨਹੀਂ ਜੇ ਸਰਕਾਰ ਨੂੰ ਪਤਾ ਸੀ ਵੀ ਆਊਟਸੋਰਸਿੰਗ ਵਾਲੇ ਪੱਕੇ ਨਹੀਂ ਕਰ ਸਕਦੇ ਫਿਰ ਆਊਟਸੋਰਸਿੰਗ ਭਰਤੀ ਸ਼ੁਰੂ ਕਿਉਂ ਕੀਤੀ ਗਈ ਇਹ ਤਾਂ ਸਰਕਾਰ ਨੂੰ ਪਤਾ ਸੀ ਅਫਸਰਾਂ ਨੂੰ ਪਤਾ ਸੀ ਡਿਪਾਰਟਮੈਂਟ ਨੂੰ ਪਤਾ ਸੀ ਫਿਰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਉਂ ਕੀਤਾ ਗਿਆ ਇਹਦੀ ਜ਼ਿੰਮੇਵਾਰ ਸਰਕਾਰ ਹੈ ਸਰਕਾਰ ਕੋਈ ਕਾਨੂੰਨ ਬਣਾਵੇ ਜਿਹੜੇ ਆਊਟਸੋਰਸਿੰਗ ਕੰਟਰੈਕਟ ਵਾਲੇ ਸਾਰੇ ਮੁਲਾਜ਼ਮਾਂ ਨੂੰ ਪੱਕੇ ਕਰੇ ਸਰਕਾਰ ਅਤੇ ਇਹਨਾਂ ਦਾ ਹੱਲ ਕੱਢੇ ਕਿਵੇਂ ਕੱਢਿਆ ਜਾਂਦਾ ਜੇ ਹੱਲ ਨਾ ਕੱਢਿਆ ਗਿਆ ਤਾਂ ਫਿਰ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜਿਹਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਵੀ ਹੋ ਸਕਦਾ ਹੈ ਅਤੇ ਸਾਰੇ ਹਾਈਵੇ ਜਾਮ ਕੀਤੇ ਜਾ ਸਕਦੇ ਹੈ ਦੇਖੋ ਜੀ ਬੱਸ ਸਟੈਂਡ ਜਿਹੜੇ 2 ਘੰਟੇ ਵਾਸਤੇ ਬੰਦ ਕਰਨ ਦਾ ਫੈਸਲਾ ਤਾਂ ਪਣਬੱਸ ਜਥੇਬੰਦੀ ਦੇ ਪਣਬੱਸ ਦੇ ਮੁਲਾਜ਼ਮਾਂ ਦਾ ਪਰ ਕਿਤੇ ਨਾ ਕਿਤੇ ਸਾਰਾ ਕੁਝ ਕਰਵਾ ਸਰਕਾਰ ਰਹੀ ਹੈ ਕਿਉਂਕਿ ਜਿਹੜੀ ਮੁਲਾਜ਼ਮਾਂ ਦੀ ਪਿਛਲੇ 13-14 ਸਾਲ ਤੋਂ ਕੰਮ ਕਰਦੇ ਉਹਨਾਂ ਦੀ ਮੁੱਖ ਮੰਗ ਤਾਂ ਇਹ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਮੰਨ ਲਓ ਟਾਈਮ ਟੇਬਲ ਦੀ ਸੁਵਿਧਾ ਹੈਗੀ ਆ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣ ਜਾਂ ਰਿਪੋਰਟਾਂ ਵਾਲੇ ਮੁਲਾਜ਼ਮ ਬਹਾਲ ਕੀਤੇ ਜਾਣ ਇਹ ਮੁੱਖ ਮੰਗਾਂ ਨੂੰ ਲੈ ਕੇ ਜਿਹੜੀ ਜਥੇਬੰਦੀ ਪ੍ਰੋਟੈਸਟ ਕਰ ਰਹੀ ਹੈ ਪਰ ਸਰਕਾਰ ਕਿਤੇ ਨਾ ਕਿਤੇ ਇਹ ਚੀਜ਼ ਨੂੰ ਦਬਾਉਣ ਵਾਸਤੇ ਜਾਣ ਬੁੱਝ ਕੇ ਵਰਕਰਾਂ ਨੂੰ ਅਤੇ ਜਥੇਬੰਦੀ ਨੂੰ ਟਾਰਗੇਟ ਕਰ ਰਹੀ ਹੈ ਕਿ ਇਹ ਰੈਗੂਲਰ ਦੀ ਮੰਗ ਨਾ ਕਰਨ ਇਹ ਸਿਰਫ ਆਪਦੇ ਛੋਟੇ ਮੁੱਦਿਆਂ ਤੱਕ ਤਨਖਾਹ ਲੇਟ ਹੋਣ ਦੀ ਜਾਂ ਕੋਈ ਟਾਈਮ ਟੇਬਲ 'ਚ ਗੜਬੜ ਹੋਣ ਇੱਥੋਂ ਤੱਕ ਸੀਮਤ ਰਹਿ ਜਾਣ ਜਾਣੀ ਕਿ ਆਊਟਸੋਰਸ ਸਟਾਫ ਦਾ ਜਿਹੜਾ ਮਹੀਨਾ 20 ਤੋਂ 21 ਤਰੀਕ ਤੱਕ ਦਾ ਹੁੰਦਾ ਅੱਜ 53 ਦਿਨ ਬੀਤ ਗਏ ਕੰਮ ਕਰਦਿਆਂ ਨੂੰ ਆਊਟਸੋਰਸ ਅਤੇ ਕੰਟਰੈਕਟ ਵਾਲਿਆਂ ਨੂੰ ਤਕਰੀਬਨ 13 ਦਿਨ ਉੱਪਰ ਦੀ ਲੰਘ ਗਏ ਆ ਪਰ ਹਾਲੇ ਤੱਕ ਬਜਟ ਨਹੀਂ ਆਇਆ ਹੈਗਾ 9 ਕਰੋੜ ਰੁਪਈਆ ਇੱਕ ਮਹੀਨੇ ਦਾ ਜਿਹੜਾ ਟੋਟਲ ਬਜਟ ਹੈ ਪਣਬੱਸ ਦੇ ਮੁਲਾਜ਼ਮਾਂ ਦਾ ਤਕਰੀਬਨ 25 ਕਰੋੜ ਰੁਪਈਆ ਜਿਹੜਾ ਟੋਟਲ ਪੀਆਰਡੀਸੀ ਦਾ ਹੈਗਾ 34 ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਰਿਲੀਜ਼ ਨਹੀਂ ਕਰ ਰਹੀ ਜਿਹਦੇ ਵਿਰੋਧ ਦੇ ਵਿੱਚ ਜਿਹੜੇ ਮੁਲਾਜ਼ਮ ਸਮੁੱਚੇ ਪਣਬੱਸ ਅਤੇ ਪੀਆਰਡੀਸੀ ਦੇ ਉਹ 2 ਘੰਟੇ ਅੱਡੇ ਬੰਦ ਕਰ ਰਹੇ ਹੈ ਅਗਲਾ ਸੰਘਰਸ਼ ਜਿਹੜਾ ਜਥੇਬੰਦੀ ਜਿਵੇਂ ਵੀ ਉਲੀਕੂਗੀ ਜਿਹਦੇ 'ਚ ਮੁੱਖ ਮੰਤਰੀ ਪੰਜਾਬ ਜਾਂ ਟਰਾਂਸਪੋਰਟ ਮੰਤਰੀ ਉਹਨਾਂ ਦੇ ਨਿਵਾਸ ਸਥਾਨ ਦਾ ਘਰਾਓ ਜਾਂ ਮੇਨ ਹਾਈਵੇ ਜਾਂ ਪੁਲ ਬੰਦ ਕਰਨੇ ਆ ਉਹ ਅਗਲੇ ਪ੍ਰੋਗਰਾਮ ਦੇ ਸ਼ਾਮਿਲ ਆ ਔਰ ਨਾਲ ਹੀ ਚੇਤਾਵਨੀ ਵੀ ਆ ਮੈਨੇਜਮੈਂਟ ਅਤੇ ਸਰਕਾਰ ਨੂੰ ਕਿ ਜਿਹੜਾ 15-18 ਘੰਟੇ ਕੰਮ ਕਰਕੇ ਜਿਹੜਾ 400-500 ਰੁਪਏ ਦਿਹਾੜੀ ਸਾਡੀ ਬਣਦੀ ਆ ਉਹਦਾ ਸਾਨੂੰ ਸਮੇਂ ਸਿਰ ਮਹੀਨੇ ਬਾਅਦ ਜਿਹੜਾ ਉਹਦਾ ਭੁਗਤਾਨ ਕਰ ਦਿੱਤਾ ਜਾਵੇ ਉਹਦੇ ਜਿਹੜੇ ਨੋਟਸ ਆ ਅਸੀਂ ਇਸ ਮਹੀਨੇ ਐਡਵਾਂਸ ਭੇਜ ਦਿਆਂਗੇ 10 ਤਰੀਕ ਤੱਕ 8 ਤਰੀਕ ਤੱਕ ਜਿਹੜਾ ਵੀ ਸਮਾਂ ਨਿਸ਼ਚਿਤ ਹੋਊਗਾ ਉਹਦੇ ਮੁਤਾਬਕ ਅਸੀਂ ਤਨਖਾਹ ਨਾ ਆਉਣ ਦੀ ਸੂਰਤ ਵਿੱਚ ਅਸੀਂ ਡਿਪੂ ਬੰਦ ਕਰਕੇ ਸਰਕਾਰ ਦਾ ਜਾਂ ਮੈਨੇਜਮੈਂਟ ਦਾ ਪਿੱਛੇ ਪਾ ਕਰਾਂਗੇ